ਹੁਣ ਤਾਂ ਬਣੀ ਸ਼ੁਰੂ ਹੋ ਜਾਂਦੀ ਆ ਗਈ। ਆ ਜੀ ਇਟਲੀ ਦੀ ਡੈਂਕੀ ਪਾਈ ਸੀ, ਸ਼ਿਪ ਸਾਡਾ ਖਰਾਬ ਹੋ ਗਿਆ ਤੇ ਸਮੁੰਦਰ ਦੇ ਵਿੱਚ, ਸਮੁੰਦਰ ਦੇ ਵੀ ਹਾਲਾਤ ਬਹੁਤ ਸਖ਼ਤ ਖਰਾਬ ਨੇ ਤੇ ਬਸ ਕੁਦਰਤ ਵੱਲੋਂ ਆ ਦੇਖੋ ਸ਼ਿਪ ਖਰਾਬ ਹੋ ਗਿਆ ਸੀ ਤੇ ਹੁਣ ਬਾਹਰ ਨਿਕਲਦੇ ਨੇ ਸਾਰੇ। ਸ਼ੁਕਰ ਰੱਬ ਦਾ, ਜਜ਼ੀਰਾ ਸੀ ਅੱਲਾ ਪਾਕ ਦਾ, ਜਜ਼ੀਰੇ ਤੇ ਜਾਂਦੇ ਨੇ ਪੈਰ। ਦੇਖ ਲੋ ਸਮੁੰਦਰ, ਦੇਖ ਲੋ ਬਹੁਤ ਖਰਾਬ ਹੈ ਸਮੁੰਦਰ, ਲਹਿਰਾਂ ਪੀੜਤੇ ਨੇ, ਤੇਜ਼ ਲਹਿਰਾਂ ਨੇ। ਇਹ ਅਸੀਂ ਰਸਤਾ ਪਾਏ ਹੈ ਤੇ ਅਸੀਂ ਜਾ ਰਹੇ ਨੇ, ਸਾਰੇ ਪਾਕਿਸਤਾਨ ਜਿੰਨੇ ਵੀ ਭਰਾ ਨੇ ਸਾਰੇ ਅੱਗੇ ਟੁਰ ਗਏ ਨੇ, ਰਹਿ ਗਏ ਨੇ ਇਹ ਜਾ ਰਹੇ ਨੇ। ਸ਼ਿਪ ਵੀ ਸਾਡਾ ਖਰਾਬ, ਸ਼ਿਪ ਵੀ ਸਾਡਾ ਖਰਾਬ ਹੋ ਗਿਆ, ਦੋਵੇਂ ਖਰਾਬ ਹੋ ਗਏ ਨੇ ਤੇ ਬੜਾ ਬੁਰੇ ਹਾਲ ਨੇ। ਠੀਕ ਹੈ ਤੇ ਜਿਹੜਾ ਨਾ ਬੜੇ ਰੱਬ ਦਾ ਸ਼ੁਕਰ ਹੈ ਕਿ ਇੱਕ ਬੰਦਾ ਆਈ ਯਾਰ, ਇਹ ਵੇਖੋ ਉਹ ਸਾਡੀ ਲਾ ਕਰੋ, ਚੱਲ ਜਾ 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 ਰਹੀ ਛੱਡੀਆਂ ਦਾ ਕਰਮ ਹੈ ਜੋ ਮਰਜ਼ੀ ਭਾਈ ਜਾਣ। ਇਟਲੀ ਦੀ ਡੈਂਕੀ ਬਹੁਤ ਔਖੀ ਜੇ, ਇਹ ਹਾਲਾ ਜੀ ਦਾ ਵੜਾ ਨਹੀਂ, ਬਹੁਤ ਔਖੀ ਜਿਹਨੂੰ ਆਉਂਦੇ ਜੇ ਉਹ ਪੰਜਵਾਂ ਦਿਨ ਅੱਜ ਸਮੁੰਦਰ ਦੇ ਦਿਨ ਅੱਗੇ ਕਹਿ ਰਹੇ ਹਾਜੇ ਸਾਨੂੰ ਉਹਨਾਂ ਤਿੰਨ ਦਿਨ ਆਖਿਆ, ਤਿੰਨ ਦਿਨ ਉਹਨਾਂ ਆਖਿਆ ਸਨ ਜੰਟਾਂ ਨੇ, ਤਿੰਨਾਂ ਦਿਨ ਅੱਜ ਤੁਸੀਂ ਪਹੁੰਚ ਜਾਓ, ਪੰਜਵਾਂ ਦਿਨ ਅੱਜ ਅਜੇ ਦੋ ਦਿਨ ਤਿੰਨ ਦਿਨ ਕੈਪਟਨ ਅੱਗੇ ਆਉਂਦੇ ਨੇ। ਅਸੀਂ ਵੇਖ ਲਾ ਤੁਹਾਡੇ ਸਾਹਮਣੇ ਕਿੰਜ ਦੀ ਹਾਲਾਤ ਨੇ, ਕਿੰਜ ਦੀ ਬਹੁਤ ਮਜਬੂਰ ਹੋ ਗਏ ਆ ਤੇ ਹੈਲਪਲਾਈਨ ਤੇ ਵੀ ਗੱਲ ਕੀਤੀ ਆ ਰਹੇ ਨੇ ਤੁਹਾਡੇ ਭਰਾਵਾਂ ਅੱਗੇ, ਜਿਹੜੇ ਵੀ ਜਿਹਨਾਂ ਵੀ ਇਹ ਵੀਡੀਓ ਵੇਖਣੀ ਉਹ ਗੁਜ਼ਾਰਿਸ਼ ਹੈ ਕਿ ਅੱਗੋ ਇਹਦਾ ਕੰਮ ਨਾ ਕਰਨ ਤੇ ਸ਼ਿਪ ਜਿਹੜਾ ਤੁਹਾਨੂੰ ਦੱਸ ਦਿਆਂ ਜਾਂਦੇ ਨੇ ਨਾ ਕਿ 40 ਮੀਟਰ ਦੀ 50 ਮੀਟਰ ਦੀ ਸ਼ਿਪ ਹੁੰਦਾ, ਉਹ ਗੱਲ ਝੂਠ ਜੇ। 14 ਮੀਟਰ ਤੋਂ ਜਿਹੜਾ ਨਾ ਘੱਟ ਕੋਈ ਨੀ ਹੁੰਦਾ, 14 ਮੀਟਰ ਤੋਂ ਵੱਧ ਵੀ ਕੋਈ ਨੀ ਹੁੰਦਾ। ਠੀਕ ਹੈ, ਕੁਦਰਤ ਦਾ ਨਿਜ਼ਾਮ ਵੇਖੋ ਨਾ, ਹੁਣ ਥੱਲਾਂ ਬਹੁਤ ਤੇਜ਼ ਆ ਰਹੀਆਂ ਨੇ ਤੇ ਬੈਗ ਲਾ ਦੇ ਯਾਰ, ਬੈਗ ਦਾ ਕੀ ਕਰਨਾ ਯਾਰ, ਬੈਗ ਬਾਅਦ ਚ ਵੀ ਟੁਰ ਜੇ, ਬੈਗ ਬਾਅਦ ਚ ਆ ਜਾਂਦੇ ਨੇ। ਸਮੁੰਦਰ ਦੇ ਹਾਲਾਤ ਜੇ ਮੈਂ ਲੈ ਜਾਂਦਾ ਵਾ, ਉਹ ਆ ਬੰਦਾ ਸਾਡੇ ਟ੍ਰਾਂਸਲੇਟਰ ਨੇ ਤੇ ਠੀਕ ਨਹੀਂ ਬਣਾਉਂਦਾ, ਬੰਦ ਕਰ ਠੀਕ ਹੋ ਰਿਹਾ ਦੱਸ ਦੇ।